Sadhguru Kirpal ha venido a liberar al mundo. En el hogar de Hukam Singh ha venido como un niño bello. Feliciten a Gulab Devi, quien le dio nacimiento a él. Ha venido como el apoyo del mundo. Él, Shah Kirpal, da el mensaje en todos los hogares. Los juegos de Sawan son únicos. ¿Quién soy yo? ¿Un ser pobre? Tomando el apoyo del verdadero Nam, él ha venido a liberar al mundo. Viajando en todas las cuatro direcciones, dio el mensaje del verdadero Nam. Esa luz divina, el dueño de todas las cosas, ha venido como Sawan. La estrella del ojo de Sawan ha venido a liberar al mundo. Permaneciendo dentro del velo, nutre al mundo entero. Se manifiesta y se sienta dentro de aquellos que tienen verdadero amor por él. Él, quien conoce a todas las almas, ha venido a liberar al mundo. Dios ha venido a este mundo al tomar la vestidura del cuerpo humano. El ser todo consciente, Anami, se llamó a sí mismo como Kirpal. Ha llegado la bandara o la celebración de Kirpal. Él colocó a Jaib en el sendero. Sadhguru Kirpal ha venido a liberar al mundo. Sadhguru Kirpal Pyara Duniya Nu Tarne Aagya Sadhguru Kirpal Pyara Duniya Nu Tarne Aagya Hukum Singh De Ghar Vich Sona Ban Ke Bal Ke Aaya Gulab Devi Nu Deo Vadhaiyan Jis Di Kukh Da Jaaya ਹੁਕਮ ਸਿੰਘ ਦੇ ਘਰ ਵਿੱਚ ਸੋਹਣਾ ਬਣ ਕੇ ਬਾਲ ਕੇ ਆਇਆ ਗੁਲਾਬ ਦੇਵੀ ਨੂੰ ਦਿਓ ਵਧਾਈਆਂ ਜਿਸ ਦੀ ਕੁੱਖ ਦਾ ਜਾਇਆ ਬਣ ਆਇਆ ਜਗਤ ਸਹਾਰਾ ਦੁਨੀਆਂ ਨੂੰ ਤਾਰਨੇ ਆ ਗਿਆ
ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਘਰ ਘਰ ਦੇ ਵਿੱਚ ਹੋਕਾ ਦਿੰਦਾ ਸ਼ਾਹ ਕਿਰਪਾਲ ਪਿਆਰਾ, ਸਾਵਣ ਸ਼ਾਹ ਦੇ ਖੇਲ ਨਿਆਰੇ ਮੈਂ ਹਾਂ ਕੌਣ ਵਿਚਾਰਾ। ਘਰ ਘਰ ਦੇ ਵਿੱਚ ਹੋਕਾ ਦਿੰਦਾ ਸ਼ਾਹ ਕਿਰਪਾਲ ਪਿਆਰਾ, ਸਾਵਣ ਸ਼ਾਹ ਦੇ ਖੇਲ ਨਿਆਰੇ ਮੈਂ ਹਾਂ ਕੌਣ ਵਿਚਾਰਾ। ਸੱਚ ਲੈ ਕੇ ਨਾਮ ਸਹਾਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਚੌਂਕੁੰਟਾਂ ਵਿੱਚ ਫਿਰ ਕੇ ਸੱਚੇ ਨਾਮ ਦਾ ਹੋਕਾ ਲਾਇਆ, ਨੂਰ ਅਲਾਹੀ ਕੁਲ ਮਾਲਕ ਉਹ ਸਾਵਣ ਬਣ ਕੇ ਆਇਆ। ਚੌਂਕੁੰਟਾਂ ਵਿੱਚ ਫਿਰ ਕੇ ਸੱਚੇ ਨਾਮ ਦਾ ਹੋਕਾ ਲਾਇਆ, ਨੂਰ ਅਲਾਹੀ ਕੁਲ ਮਾਲਕ ਉਹ ਸਾਵਣ ਬਣ ਕੇ ਆਇਆ। ਸਾਵਣ ਦੀ ਅੱਖ ਦਾ ਤਾਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਪਰਵਿਸ਼ ਸਭ ਦੁਨੀਆਂ ਦੀ ਕਰਦਾ ਪਰਦੇ ਅੰਦਰ ਰਹਿ ਕੇ, ਲੱਗਾ ਇਸ਼ਕ ਜਿਨ੍ਹਾਂ ਨੂੰ ਸੱਚਾ ਪ੍ਰਗਟ ਹੋਇਆ ਬਹਿ ਕੇ। ਪਰਵਿਸ਼ ਸਭ ਦੁਨੀਆਂ ਦੀ ਕਰਦਾ ਪਰਦੇ ਅੰਦਰ ਰਹਿ ਕੇ, ਲੱਗਾ ਇਸ਼ਕ ਜਿਨ੍ਹਾਂ ਨੂੰ ਸੱਚਾ ਪ੍ਰਗਟ ਹੋਇਆ ਬਹਿ ਕੇ। ਘਟ ਘਟ ਦੀਆਂ ਜਾਣਨ ਹਾਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਰੱਬ ਬੰਦੇ ਦਾ ਤਾਰ ਕੇ ਚੋਲਾ ਦੁਨੀਆਂ ਦੇ ਵਿੱਚ ਆਇਆ, ਅੰਤਰ ਜਾਮੀ ਪੁਰਖ ਅਨਾਮੀ ਹੈ ਕਿਰਪਾਲ ਸਦਾਇਆ। ਰੱਬ ਬੰਦੇ ਦਾ ਤਾਰ ਕੇ ਚੋਲਾ ਦੁਨੀਆਂ ਦੇ ਵਿੱਚ ਆਇਆ, ਅੰਤਰ ਜਾਮੀ ਪੁਰਖ ਅਨਾਮੀ ਹੈ ਕਿਰਪਾਲ ਸਦਾਇਆ। ਆਇਆ ਕਿਰਪਾਲ ਭੰਡਾਰਾ ਅਜੈਵ ਨੂੰ ਰਸਤੇ ਪਾ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਤਿਗੁਰ ਕਿਰਪਾਲ ਪਿਆਰਾ ਦੁਨੀਆਂ ਨੂੰ ਤਾਰਨੇ ਆ ਗਿਆ। ਸਭ ਸੰਤਾਂ ਨੇ ਜੋ ਮਾਲਕ ਨੂੰ ਮਿਲ ਗਏ, ਮਾਲਕ ਰੂਪ ਹੋ ਗਏ, ਅੰਦਰ ਜਾ ਕੇ ਦੇਖਿਆ ਕਿ ਗੁਰੂ ਪਰਮਾਤਮਾ ਵੱਖ ਵੱਖ ਹਸਤੀਆਂ ਨਹੀਂ, ਉਹ ਇੱਕੋ ਹੀ ਤਾਕਤ ਹੈ, ਉਹ ਇੱਕੋ ਹੀ ਚੀਜ਼ ਹੈ। ਫਰਕ ਇਤਨਾ ਹੀ ਹੁੰਦਾ ਹੈ ਕਿ ਉਹ ਜੀਵਾਂ ਨੂੰ ਰੋਸ਼ਨੀ ਦੇਣ ਵਾਸਤੇ ਦੇਹ ਤਾਰ ਕੇ ਆਉਂਦਾ ਹੈ, ਕਿਉਂਕਿ ਦੇਵੀ ਦੇਵਤੇ ਫਰਿਸ਼ਤੇ ਸਾਨੂੰ ਗਿਆਨ ਨਹੀਂ ਕਰ ਸਕਦੇ, ਅਸੀਂ ਉਹਨਾਂ ਨੂੰ ਦੇਖ ਨਹੀਂ ਸਕਦੇ ਗੇ। ਗਾਈਆਂ ਮੱਝਾਂ ਵੀ ਸਾਨੂੰ
ਪਸ਼ੂ ਪੰਛੀਆਂ ਦੀ ਬੋਲੀ ਸਮਝ ਵਿੱਚ ਨਹੀਂ ਆਉਂਦੀ ਗੀ। ਉਹ ਪਰਮਾਤਮਾ ਇਨਸਾਨ ਇਸ ਵਾਸਤੇ ਬਣਦਾ ਹੈ ਕਿ ਸਾਡੇ ਸਾਹਮਣੇ ਬੈਠ ਕੇ ਉਹ ਸਾਡਾ ਵਾਕਫ ਹੁੰਦਾ ਹੈ, ਸਾਡੀ ਬੋਲੀ ਦਾ ਵਾਕਫ ਹੁੰਦਾ ਹੈ, ਉਹ ਸਾਨੂੰ ਸਮਝਾਉਂਦਾ ਹੈ ਕਿ ਤੁਸੀਂ ਬੜੇ ਉੱਚੇ ਘਰ ਦੇ ਮਾਲਕ ਹੋ। ਉਹਨਾਂ ਹੀ ਸੰਤਾਂ ਨੇ ਕਿਹਾ, ਗੁਰੂ ਨਾਨਕ ਨੇ ਕਿਹਾ ਕਿ ਧਨ ਕੁੱਲ ਹੈ, ਧਨ ਜਨਨੀ ਹੈ, ਜਿਸ ਨੇ ਗੁਰੂ ਨੂੰ ਪੈਦਾ ਕੀਤਾ ਔਰ ਬਾਲਪਨੇ ਵਿੱਚ ਖੇਲ ਖਿਲਾਇਆ। ਫਿਰ ਉਹ ਕਹਿੰਦੇ ਧੰਨ ਸਤਿਗੁਰੂ ਹੈ ਜਿਹਨੇ ਦੁਨੀਆ ਦੀ ਮਾਨ ਵਡਿਆਈ, ਵਿਸ਼ੇ ਵਕਾਰਾਂ ਨੂੰ ਲੱਤ ਮਾਰ ਕੇ ਨਾਮ ਦੀ ਕਮਾਈ ਕੀਤੀ। ਨਾਮ ਦੀ ਕਮਾਈ ਕਰਨ ਦਾ ਪਰਮਾਤਮਾ ਨੇ ਉਹਨੂੰ ਉਹਦੇ ਗੁਰੂ ਨੇ ਕੀ ਇਨਾਮ ਦਿੱਤਾ, ਉਹ ਆਪ ਤਰ ਗਿਆ ਔਰ ਇਹ ਇਨਾਮ ਦੇ ਦਿੱਤਾ ਕਿ ਜਿਹੜਾ ਤੈਨੂੰ ਦੇਖ ਵੀ ਲਏਗਾ ਸ਼ਰਧਾ ਦੇ ਨਾਲ, ਪਿਆਰ ਨਾਲ, ਜਿਹੜਾ ਤੇਰੇ ਦੱਸੇ ਹੋਏ ਰਸਤੇ 'ਤੇ ਚੱਲੇਗਾ ਉਹ ਵੀ ਤਰ ਜਾਏਗਾ। ਆਲ ਦ ਸੇਂਟਸ ਹੂ ਮੈਟ ਵਿਦ ਗੋਡ ਆਲ ਮਾਈਟੀ, ਹੂ ਬਿਕੇਮ ਦ ਫੋਰਮ ਆਫ ਗੋਡ, ਹੂ ਵੈਂਟ ਵਿਦ ਇਨ, ਦੇ ਆਲ ਹੈਵ ਸੈਡ ਦੈਟ ਦੇਰ ਇਜ਼ ਨੋ ਡਿਫਰੈਂਸ ਬਿਟਵੀਨ ਗੋਡ ਐਂਡ ਸਤਿਗੁਰੂ। ਤੋਦੋਸ ਲੋਸ ਮਾਇਸਟਰੋਸ ਕੇ ਹਨ ਇਦੋ ਇੰਟਰਨਾਮੈਂਟੇ ਕਿਨ ਸੇ ਵੋਲਵੇਰੋਨ ਉਨੋਸ ਕੋਨ ਦਿਓਸ ਤੋਦੋ ਪੋਏਰੋਸੋ, ਤੋਦੋਸ ਕਿਨੇਸ ਸੇ ਫੁਏਰੋਨ ਇ ਸੇ ਉਨੀਏਰੋਨ ਕੋਨ ਦਿਓਸ, ਏਲੋਸ ਡਿਸੇਨ ਕੇ ਨੋ ਹੈ ਨਿੰਗੂਨਾ ਡਿਫਰੈਂਸੀਆ ਐਂਟਰੇ ਦਿਓਸ ਤੋਦੋ ਪੋਏਰੋਸੋ ਯੇ ਮਾਇਸਟਰੋ। ਇਨ ਫੈਕਟ ਗੋਡ ਆਲ ਮਾਈਟੀ ਐਂਡ ਦ ਸਤਿਗੁਰੂ ਆਰ ਵਨ ਐਂਡ ਦ ਸੇਮ ਥਿੰਗ, ਦੇ ਆਰ ਦ ਸੇਮ ਪਾਵਰ। En realidad Dios Todopoderoso y el Sadguru son uno, una y la misma cosa, son el mismo poder. God Almighty comes in the form of the Sadguru, in the human form, only to teach us about God and only to take us back to the real home. Dios Todopoderoso viene y toma la forma del Sadguru y se manifiesta en un cuerpo humano únicamente para enseñarnos cómo volvernos uno con Dios y cómo llegar de nuevo a Dios. Because we cannot see the angels and the gods and goddesses, we cannot understand them, and also we cannot understand the language of the cows and the other animals. So since we are in the human form, God Almighty also assumes the human form, and he comes in the human form, dwells among us. Since he is aware of our language, since he knows us and he can talk to us personally, that is why he comes in the human form and he tells us that we are the owner of a very big house. Como nosotros no podemos ver a los ángeles ni a las deidades y tampoco podemos comprender el idioma de las vacas ni de los animales, es por eso que Dios Todopoderoso toma la forma humana, porque nosotros estamos en la forma humana, y al tomar esa forma él conoce nuestro idioma y él conoce o él sabe cómo hablamos nosotros. Él viene, mora entre nosotros y nos dice que nosotros somos los dueños de una gran riqueza y de un reino muy grande. He tells us about the big home we own. He tells us that this is not the place, this is not our home where we live. He tells us about our real home. All the masters who have gone in the Vidin and have seen God Almighty and Sadguru as one and the same thing, they have said this. Ellos nos dicen que somos los dueños de un gran hogar, de una gran casa, y nos dicen que este sitio donde vivimos actualmente no es nuestro hogar, sino que nuestro hogar es otro y nosotros somos el dueño de esa casa, y todos los maestros que vienen a este mundo nos dicen esto. This is why all the saints and masters, even Guru Nanak Sahib said that blessed is the mother who gave birth to such a child who became a Sadguru. Por eso todos los maestros dicen esto, inclusive el Guru Nanak Sahib dice que bendita es aquella madre quien le dio nacimiento a un santo así. Great is the mother who played with such a child who later on became the Sadguru in his childhood, and blessed is that Sadguru who gave up the pleasures of the world and he did his devotion
And as the result from his master, he got the grace of becoming the master himself. Bendita es aquella madre quien jugó con aquel niño, quien se convirtió en el Sadguru cuando, y ella jugó con él cuando él era niño. También bendito es aquel santo o aquel niño que se convirtió en el Sadguru y quien después de ir a donde su maestro, recibió la gracia de su maestro y se convirtió en uno con el Sadguru. What grace did he get from his master for doing the devotion? He got the grace that whosoever would see him with faith and love will get the liberation from this suffering world. ¿Qué gracia recibió él de su maestro después de hacer la devoción? Él recibió esta gracia de que todos aquellos que lo miren con amor y con fe, ellos pueden recibir la liberación de este mundo. And he who will follow his path wholeheartedly will also become like him. Y aquel que siga su sendero con todo su corazón también se volverá como es él. Ek gujar jati di aurat si ਦੁੱਧ ਵੇਚਣ ਜਾਇਆ ਕਰਦੀ ਸੀ ਇੱਕ ਦਿਨ ਬਾਰਿਸ਼ ਹੋ ਰਹੀ ਸੀ ਕਿਸੇ ਮੰਦਰ ਦੇ ਬਾਹਰ ਖੜੀ ਸੀ ਕਿਸੇ ਨੇ ਕਿਹਾ ਕਿ ਕਥਾ ਸੁਣ ਲੈ ਅੰਦਰ ਕਥਾ ਹੋ ਰਹੀ ਹੈ ਅੱਗੇ ਗਈ ਪੰਡਿਤ ਨਾਮ ਦੀ ਮਹਿਮਾ ਕਰ ਰਿਹਾ ਸੀਗਾ ਮੈਂ ਦੱਸਦਾ ਹੁੰਦਾ ਕਿ ਸਾਰੇ ਸਮਾਜ ਇਸ ਗੱਲ 'ਤੇ ਇਤਫਾਕ ਕਰਦੇ ਹਨ ਕਿ ਨਾਮ ਤੋਂ ਬਗੈਰਾ ਮੁਕਤੀ ਨਹੀਂ ਲੇਕਿਨ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇਗੇ ਕਿ ਉਹ ਨਾਮ ਕੀ ਚੀਜ਼ ਹੈ ਕਿੱਥੋਂ ਮਿਲਦਾ ਹੈ ਔਰ ਉਸ ਨਾਮ ਨੂੰ ਪ੍ਰਾਪਤ ਕਰਨ ਦੇ ਕੀ ਫਾਇਦੇ ਹਨ ਉਹ ਪੰਡਿਤ ਕਥਾ ਵਿੱਚ ਕਹਿ ਰਿਹਾ ਸੀ ਨਾਮ ਵਾਲੇ ਦੇ ਜਮ ਨੇੜੇ ਨਹੀਂ ਆਉਂਦਾ ਗਾ ਨਾਮ ਵਾਲਾ ਤਰ ਜਾਂਦਾ ਹੈ ਭਾਵ ਸਾਗਰ ਤੋਂ ਪਾਰ ਹੋ ਜਾਂਦਾ ਹੈ ਗੁਜਰੀ ਨੇ ਦੋ ਤਿੰਨ ਗੱਲਾਂ ਸੁਣੀਆਂ ਤਾਂਘ ਸੀ ਗਾਹਾਂ ਦੁੱਧ ਦੇਣ ਦੀ ਵੀ ਦਿਲ ਦੇ ਵਿੱਚ ਤਾਂਘ ਉੱਠੀ ਕਿ ਐਸਾ ਨਾਮ ਪ੍ਰਾਪਤ ਕਰਨਾ ਚਾਹੀਦਾ ਹੈ ਜਿਹਦੇ ਨਾਲ ਭਵ ਸਾਗਰ ਤੋਂ ਉਤਰ ਜਾਈਦਾ ਹੈ ਔਰ ਨਰਕਾਂ ਦੀ ਅੱਗ ਤੋਂ ਬਚ ਜਾਈਦਾ ਹੈ ਤਲਾਸ਼ ਕੀਤੀ ਜਿੱਥੇ ਚਾਹ ਉੱਥੇ ਰਾਹ ਹੈ ਦਿਲ 'ਚ ਇਹ ਵੀ ਖਿਆਲ ਸੀ ਕਿ ਉਹਨੂੰ ਕਾਫੀ ਬੜਾ ਪੈਂਦਾ ਹੁੰਦਾ ਸੀਗਾ ਇੱਕ ਛੋਟੀ ਜਿਹੀ ਨਦੀ ਸੀ ਕਿ ਜਿਹੜਾ ਬੰਦਾ ਭਵ ਸਾਗਰ ਤੋਂ ਪਾਰ ਹੋ ਸਕਦਾ ਹੈ ਉਹ ਇਹ ਨਦੀ ਵੀ ਤਰ ਸਕਦਾ ਹੈ ਹੁਣ ਆਪੋ ਆਪਣਾ ਭਰੋਸਾ ਵਿਸ਼ਵਾਸ ਹੁੰਦਾ ਹੈ ਆਖਰ ਮਹਾਤਮਾ ਮਿਲ ਗਏ ਨਾਮਦਾਨ ਪ੍ਰਾਪਤ ਕੀਤਾ ਅੱਛਾ ਹਿਰਦਾ ਸੀ ਕਮਾਈ ਕੀਤੀ ਉਹ ਹਰ ਰੋਜ਼ ਉਸ ਪਾਣੀ ਦੇ ਉੱਤੋਂ ਮੌਜ ਨਾਲ ਤੁਰ ਕੇ ਨੰਗੇ ਆਇਆ ਕਰੇ ਉਹਦਾ ਜਿਹੜਾ ਪੈਂਡਾ ਸੀ ਉਹ ਕੰਮ ਹੋ ਗਿਆ ਇੱਕ ਦਿਨ ਉਹ ਪੰਡਿਤ ਸਾਹਮਣੇ ਆਇਆ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਣ ਲੱਗੀ ਕਿ ਪੰਡਿਤ ਜੀ ਤੁਹਾਡੀ ਕਥਾ ਨੇ ਮੇਰਾ ਬੜਾ ਸੁਧਾਰ ਕੀਤਾ ਤੁਸੀਂ ਨਾਮ ਦੀ ਮਹਿਮਾ ਗਾਈ ਸੀ ਮੈਂ ਉਹ ਨਾਮ ਨੂੰ ਪ੍ਰਾਪਤ ਕਰ ਲਿਆ ਸਾਨੂੰ ਪਤਾ ਹੀ ਹੈ ਕਿ ਬਜ਼ਾਰੀ ਲੋਕ ਹਮੇਸ਼ਾ ਹੀ ਪੂਜਾ ਦਾ ਖਿਆਲ ਰੱਖਦੇ ਹੈ ਕਿ ਕਦ ਸੇਵਕ ਆਏ ਅਤੇ ਪੂਜਾ ਅੱਗੇ ਹੀ ਰੱਖੇ ਉਹ ਕਹਿਣ ਲੱਗਿਆ ਤੂੰ ਮੈਨੂੰ ਖਾਣਾ ਬਰਜ ਇਹ ਹਿੰਦੁਸਤਾਨ ਦੇ ਅੰਦਰ ਬੜੀਆਂ ਕਥਾ ਮਸ਼ਹੂਰ ਹਨ ਕਿ ਪੰਡਿਤ ਲੋਕ ਕਿਸ ਤਰ੍ਹਾਂ ਖਾਣਾ ਖਾਣ ਅਗਲੇ ਦੇ ਘਰੇ ਜਾਂਦੇ ਖੀਰ ਖਾਣੀ ਹਲਵਾ ਖਾਣਾ ਔਰ ਫਿਰ ਦੰਦ ਕਸਾਈ ਕਿ ਸਾਡੇ ਦੰਦ ਕਸ ਗਏ ਹੈ ਪੰਡਿਤ ਨੇ ਸੋਚਿਆ ਭੋਲੀ ਭਾਲੀ ਹੈ ਖਾਣਾ ਬਰਜ ਪੰਡਿਤਾਂ ਨੂੰ ਖਵਾਉਣ ਦਾ ਬੜਾ ਪੁੰਨ ਹੁੰਦਾ ਹੈ ਉਹ ਕਹਿਣ ਲੱਗੀ ਸ਼ਾਮ ਨੂੰ ਮੇਰੇ ਸਾਥ ਤੁਸੀਂ ਚੱਲਿਓ ਮੈਂ ਤੁਹਾਡੇ ਵਾਸਤੇ ਖੀਰ ਹਲਵਾ ਵਗੈਰਾ ਤਿਆਰ ਕਰੂੰਗੀ
ਜਦ ਸ਼ਾਮ ਨੂੰ ਉਹ ਪੰਡਿਤ ਜੀ ਪੁਜਾਰੀ ਉਹਦੇ ਸਾਥ ਤੁਰਿਆ, ਉਹ ਜਿਸ ਤਰ੍ਹਾਂ ਹਰ ਰੋਜ਼ ਪਾਣੀ ਉੱਤੋਂ ਦੀ ਲੰਘਦੀ ਸੀਗੀ, ਉਹ ਲੰਘ ਗਈ। ਪੰਡਿਤ ਜੀ ਉੱਥੇ ਖੜ੍ਹੇ, ਕਹਿਣ ਲੱਗਿਆ, ਬੌਰੀਏ ਇਹ ਤਾਂ ਪਾਣੀ ਹੈ, ਨਦੀ ਹੈ, ਮੈਂ ਇਹਦੇ ਵਿੱਚ ਡੁੱਬ ਜਾਊਂਗਾ। ਉਹ ਕਹਿਣ ਲੱਗੀ, ਦੇਖੋ ਪੰਡਿਤ ਜੀ, ਮੈਂ ਆਸਾਨੀ ਨਾਲ ਹੀ ਉੱਤੇ ਪੈਰ ਧਰ ਕੇ ਲੰਘੇ ਆਈ ਹੈ, ਤੂੰ ਵੀ ਲੰਘੇ ਆਏਗਾ। ਤੂੰ ਰੋਜ਼ ਕਹਿੰਦਾ ਸੈਂ ਨਾਮ ਜਪੋ, ਨਾਮ ਨਾਲ ਤਰ ਜਾਈਦਾ ਹੈ, ਜਿਹੜਾ ਨਾਮ ਭਵਸਾਗਰ ਇੱਕ ਨਦੀ ਨਹੀਂ ਤਾਰਦਾ, ਉਹ ਭਵਸਾਗਰ ਕਿਵੇਂ ਤਾਰੇਗਾ। ਉਹ ਹੁਣ ਦੂਜੀ ਸਾਈਡ ਖੜ੍ਹਾ ਹੈ, ਦੂਜੀ ਸਾਈਡ ਖੜ੍ਹੀ ਹੈ। ਗੁਜਰੀ ਉਹਦੀ ਹਾਲਤ ਕੰਨੀ ਦੇਖ ਕੇ, ਫੋਕੀ ਕਥਾ ਨੂੰ ਜਾਣ ਕੇ ਕਹਿਣ ਲੱਗੀ, ਰਾਮ ਨਾਮ ਕਹਿੰਦਿਆਂ ਗੁਜਰੀ ਭਈ ਪਾਰ, ਸਾਰੀ ਉਮਰ ਪੰਡਿਤ ਕਥ ਕਥ ਰਿਹਾ, ਫਿਰ ਵੀ ਰਿਹਾ ਉਰਾਰ। ਫਿਰ ਕਹਿਣ ਲੱਗੀ ਕਿ ਪੰਡਿਤ ਪੜ੍ਹ ਗਿਆ ਚਾਰੇ ਵੇਦ, ਅੰਤਰ ਅਮਲ ਨ ਆਇਆ ਰਿਹਾ ਢੇਡ ਕਾ ਢੇਡ। Once there was a woman who used to sell the milk. ਢੇਡ ਕਾਂ ਨੂੰ ਕਹਿੰਦੀ ਹੈ। Once there was a woman who used to sell the milk. And once when she was going to sell the milk, there was a temple on her way. And she stopped by that temple just to see that what was happening there. And in the temple, the Pandit was giving a discourse on the glory. He was talking about the glory of Naam. En una ocasión había una señora que vendía leche y esa señora iba por el camino para vender su leche, y cuando ahí en el camino se encontró con un o había un templo ahí por el camino, entonces ella se detuvo allá y escuchó que un pandit estaba hablando acerca de la gloria del Naam. Often I have said that all the people, no matter which religion they belong to, they all talk about the Naam. They all know and they all agree to this fact that there is no liberation without the devotion of Naam. But unfortunately they do not know what Naam they are talking about and from where they can get that Naam. Yo siempre he dicho que todas las personas de todas las religiones, ellos aceptan que sin el Naam no puede haber liberación alguna, pero sin embargo ellos no saben qué es el Naam ni de dónde se puede obtener. So anyway, when she stopped there and when the Pandit was giving the discourse on the Naam, she heard a couple of things. Pandit was saying that Naam is such a thing, by doing the devotion of Naam, the angels of death even does not come near those who do the devotion of Naam. And by doing the devotion of Naam, one can easily swim across the ocean of life. Ella escuchó lo que estaba diciendo el Pandit, y él en ese momento decía que el Naam era una cosa tal que si uno hacía la devoción del Naam, ni siquiera los ángeles de la muerte se le acercarían, y que al hacer la devoción del Naam, uno podía nadar al otro lado del océano de la vida. That woman could not stop there, could not stay there for a long time because she had to go and deliver the milk. But whatever she heard about the Naam, she took that to her heart, and then she thought that if one can swim across the ocean of life very easily by doing the devotion of Naam, I must definitely get that Naam. Because on her way, she had to go very far away in order to cross the small river which used to come in her way. And she thought that if one can swim across the ocean of life, that big ocean, by doing the devotion of Naam, I should get that Naam so that it becomes easier for me to cross this river, and in this way I will be able to do the work of delivering the milk very easily. Esa señora no podía quedarse allí en el templo mucho tiempo porque ella tenía que llevar la leche y la tenía que entregar,
Pero ella pensó, yo debo obtener este nam, porque como él dice que al hacer la devoción del nam, uno con facilidad puede nadar o puede cruzar el océano de la vida. Yo tengo que ir muy lejos para cruzar un río que, digamos, que viene en mi camino. Entonces, si yo logro ese nam que me ayuda a nadar, o que me ayuda a ir al otro lado del océano de la vida, este nam también me puede ayudar a cruzar este río, y yo con toda certeza tengo que recibir este nam. Even though her desire to receive the nam initiation was only for serving the purpose of the worldly things, but still, because she had had that desire innocently, and where there is a will, there is a way. So when she searched for the Mahatma who could give her the nam, she got a Mahatma from whom she received the nam initiation. Aun cuando ella había tenido el deseo de recibir el nam por deseos, digamos, del mundo, pero sin embargo ella había tenido ese deseo inocentemente. De esa manera ella encontró a un Mahatma y de él ella recibió ese nam. So when she received the nam initiation from the master, the nam was true which she got, and she was very innocent, she was very devoted. So whatever her master told her to do, she did that, and then she could easily walk over the river doing the nam devotion without having any difficulty. Ella entonces recibió de su maestro la iniciación del nam, y como ella era una persona muy devota y una persona muy inocente, ella hizo todo lo que el maestro le pidió que hiciera, y de esa forma ella con facilidad podía caminar por encima del río mientras hacía la devoción del nam, y ella así podía hacer todas estas cosas. She was very happy with doing the devotion of nam because that was saving her a long trip in order to cross the river, and she was very grateful to the pundit who had informed her about the nam. Ella estaba muy contenta con la devoción del nam, porque esto le ahorraba mucho camino que ella hubiera tenido que, digamos, traficar para poder cruzar el río. Ella estaba muy agradecida también con el pandit quien le había dado la información acerca del nam. After some time, when she met with the same pundit from whom she had heard about the glory of nam, she bowed down at the feet of the pundit and she became very grateful and she expressed her gratitude to the pundit. She said that I am very grateful to you because you told me about the nam and I got that nam, and as a result I can now easily walk over the river. Ella en una ocasión se encontró con el pandit de quien había oído acerca de la gloria del nam. Cuando ella lo vio, se inclinó ante sus pies y le dio las gracias. Ella le dijo, yo te agradezco muchísimo porque a través de ti supe de la gloria del nam. Ahora yo he conseguido ese nam, he logrado ese nam, y haciendo su devoción yo con mucha facilidad puedo cruzar este río. You know that such people like Pandit, they always are looking for the people who could feed them and who could give them donations and things like that. So when that Pandit heard that she had been benefited by his words, he at once said that now you should invite me to your home and you should feed me with good food, and also after feeding me you should give me some money as a donation, as a wear and tear of my teeth. Such stories are very common in India, that the pundits go to people's home, they eat food, and also they ask for the wear and tear for their teeth. Ustedes saben que a los pandits les gusta mucho la comida deliciosa, y ellos siempre están buscando cualquier excusa para ir y tomar ese alimento en la casa de las personas. De manera que cuando ese pandit oyó que ella se había beneficiado de sus palabras, él le dijo, muy bien, ahora tú me debes invitar allá a tu casa, debes darme muy buen alimento, y al final también debes dar una donación, me debes dar un poco de dinero porque
Cuando yo tomo tu alimento, se me van a gastar los dientes. So y por eso me tienes que dar el dinero. Hay muchas historias así de los pandits que cuando ellos van a las casas de las personas, además de comer la comida, ellos también reciben el dinero porque se les gastan los dientes al comer. So when he asked that woman to take him, to feed him, she said that, okay, tonight when I go back to my home, you should come back with you should come with me and I will prepare good food for you and I will even give you the money. Entonces esa señora le dijo muy bien, yo cuando regrese por la noche puedes venir conmigo a mi casa, yo allá te daré muy buena comida y también te daré el dinero. So in the evening when she came back, she told the pandit to follow her on the river, and during the devotion of Nam she easily crossed that river, and pandit stood there watching that how she had done that. Así por la noche, cuando ella ya regresaba a su casa, ella le dijo al pandit que por favor fuera con ella. Y haciendo la devoción del Nam, ella con mucha facilidad cruzó el río, caminó por encima del río y llegó al otro lado, mientras que el pandit se quedó en la otra orilla mirando cómo era que ella hacía eso. So when he saw that woman crossing the river without any boat or anything like that, he was surprised. And when that woman told pandit that, okay, come along, come with me, cross the river like I have done, and then we'll go to home and I'll feed you. That pandit said that, are you mad? How can I cross the river like this? I will be drowned in the river. El pandit estuvo muy sorprendido de ver que esa mujer había cruzado el río sin ayuda de ningún bote ni de nada. Y la mujer cuando vio que el pandit se quedó parado a la otra orilla, él le dijo, muy bien panditji, ahora cruza tú también el río como yo lo crucé y nosotros seguiremos a la casa. Y entonces él le dijo, oh mujer, ¿estás loca? ¿Cómo puedo cruzar el río como lo has hecho tú? The woman replied that you should also cross the river like I have done during the devotion of Nam, because it was from you that I had learned that one can easily swim across the ocean of life by doing the devotion of Nam. So you should also be able to cross this river like I have done, because I think that since you were the one who taught me you were the one who told me about the Nam, I think that you also know how to do the devotion of Nam, so it should be easy for you to cross this river. Ella le dijo que así como tú me enseñaste que haciendo la devoción del Nam uno puede cruzar el océano de la vida, al hacer la devoción del Nam debes tú también cruzar este río como lo he hecho yo. Tú con mucha facilidad debes poder hacer esto porque fue de ti que yo aprendí que haciendo la devoción del Nam uno puede cruzar el océano de la vida. But pandit could not cross that river because neither he had the faith in the devotion of Nam nor he had done any devotion of Nam, so he stood on this side and that woman had already crossed the river. Pero el pandit no lo pudo hacer porque primero él no tenía la fe en la devoción del Nam y segundo tampoco había hecho la devoción del Nam. De esa manera la mujer estaba parada a un lado del río mientras que el pandit estaba al otro lado. So when the woman saw that the pandit was not competent in doing the devotion of Nam, he was only talking about it, she said that pandit only talks about the Nam of Lord, but he does not meditate upon it. But this poor woman has done the devotion of Nam, and in this way she was able to cross this river. Cuando ella vio que el pandit estaba parado allá al otro lado del río y que él tan solo hablaba del Nam y no era adepto en la devoción del Nam, ella dijo, el pandit se ha hablado únicamente de la devoción del Nam, pero él no ha hecho su devoción. Mientras que esta otra pobre mujer, ella sí hizo la devoción del Nam y ella tuvo éxito en ello. Commenting upon the fruitless reading of the Vedas, which was done by the pandit, she also added
that the Pandit reads Veda after Veda, and in that way he calls himself as the one who is a scholar of the Veda, but he is still a crow, whereas this poor woman has become a swan from the crow. Ella, hablando acerca de toda la lectura que había hecho ese Pandit de los Vedas, ella decía, el Pandit lee Veda tras Veda, y él tan solo lee lo que está escrito en esos Vedas. Él es aún un cuervo, pero mientras que esta pobre mujer, ella se ha convertido en un cisne. Naam di shakti da mahatma nu pata hunda hai, jaan jinna sevakaan nu naam mil janda hai, naam di kamai karan lag jande hai sharda de naal, unna nu pata hai ki naam oh shakti hai jisne duniya di rachna paida kiti hai, jo sab jeeva jant de andar ਆਧਾਰ ਬਣੀ ਹੋਈ ਹੈ, ਤਾਕਤ ਦੇ ਰਹੀ ਹੈ, ਚਲਾ ਰਹੀ ਹੈ ਦੁਨੀਆ ਨੂੰ, ਉਹਨੂੰ ਨਾਮ ਕਹੋ, ਸ਼ਬਦ ਕਹੋ, ਵਰਡ ਕਹੋ, ਰੱਬੀ ਬਾਣੀ, ਤੁਰਕੀ ਬਾਣੀ, ਹਰੀ ਕੀਰਤਨ, ਕਿਸੇ ਨਾਮ ਦੇ ਨਾਲ ਉਸ ਨੂੰ ਤੁਸੀਂ ਪੁਕਾਰ ਸਕਦੇ ਹੋ। ਓਨਲੀ ਦ ਮਹਾਤਮਾਸ ਨੋ ਅਬਾਊਟ ਦ ਪਾਵਰ ਆਫ ਦ ਨਾਮ ਔਰ ਦੋਜ਼ ਹੂ ਹੈਵ ਬੀਨ ਗਿਵਨ ਦ ਨਾਮ ਇਨੀਸ਼ੀਏਸ਼ਨ ਬਾਈ ਦ ਪਰਫੈਕਟ ਮਾਸਟਰ ਐਂਡ ਦੋਜ਼ ਹੂ ਡੂ ਦੀ ਮੈਡੀਟੇਸ਼ਨ ਆਫ ਸ਼ਬਦ ਨਾਮ ਵਿਦ ਅ ਲੋਟ ਆਫ ਫੇਥ ਐਂਡ ਲਵ ਇਨ ਦ ਮਾਸਟਰ ਦੇ ਨੋ ਅਬਾਊਟ ਦ ਪਾਵਰ ਆਫ ਨਾਮ। Tan solo los mahatmas saben acerca del poder del Nam, y tan solo aquellos que han recibido la iniciación del Maestro Perfecto y quienes han hecho la meditación en ese Nam, tan solo esas personas son las que saben acerca del poder del Nam. Those who do the meditation of Shabad Nam with faith in the Master, they know that Nam is the power which is present within all the creatures, all the things of this world, and Nam is that power which is sustaining and nourishing all the things of this creation. Esas personas saben que es tan solo el Nam el que ha creado todas las cosas en este mundo y quien está presente en todas las criaturas de este mundo. Ellos saben que el Nam es lo único que está nutriendo y alimentando todas las cosas de este mundo. Sar bachan panna 87 bachan nama mehma shabd swaroop sakhi shabd pehla ਧਨ 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 ਪਿਆਰੇ ਕਿਆ ਕਹੂੰ ਮਹਿਮਾ ਸ਼ਬਦ ਕੀ ਧਨ 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 ਪਿਆਰੇ ਕਿਆ ਕਹੂੰ ਮਹਿਮਾ ਸ਼ਬਦ ਕੀ ਜੋ ਪਰਚੇ ਹੈ ਸ਼ਬਦ ਸੇ ਸੋ ਜਾਣੇ ਮਹਿਮਾ ਸ਼ਬਦ ਕੀ। ਸਵਾਮੀ ਜੀ ਮਹਾਰਾਜ ਦੀ ਬਾਣੀ ਆਪਦੇ ਅੱਗੇ ਰੱਖੀ ਜਾਂਦੀ ਹੈ, ਆਪ ਕਹਿੰਦੇ ਅਸੀਂ ਉਸ ਸ਼ਬਦ ਦੀ ਨਾਮ ਦੀ ਮਹਿਮਾ ਬਿਆਨ ਨਹੀਂ ਕਰ ਸਕਦੇ ਗੇ, ਜਿਹੜੇ ਕਮਾਈ ਕਰਦੇ ਹੈ ਅੰਦਰ ਜਾਂਦੇ ਹੈ ਉਹੀ ਉਸ ਨਾਮ ਦੀ ਮਹਿਮਾ ਨੂੰ ਜਾਣਦੇ ਹੈ, ਉਹੀ ਸ਼ਬਦ ਦੀ ਮਹਿਮਾ ਨੂੰ ਜਾਣਦੇ ਹੈ। ਸਵਾਮੀ ਜੀ ਮਹਾਰਾਜ ਬਾਣੀ ਇਜ਼ ਪ੍ਰੈਜੈਂਟਡ ਟੂ ਯੂ ਯਰ ਹੀ ਸੇਜ਼ ਦੈਟ ਆਈ ਕੈਨ ਨੋਟ ਡਿਸਕ੍ਰਾਈਬ ਦ ਗਲੋਰੀ ਆਫ ਨਾਮ, ਓਨਲੀ ਦੋਜ਼ ਹੂ ਗੋ ਇਨ ਦ ਵਿਦਿਨ, ਦੋਜ਼ ਹੂ ਡੂ ਦ ਮੈਡੀਟੇਸ਼ਨ ਆਫ ਸ਼ਬਦ ਨਾਮ ਨੋ ਦ ਗਲੋਰੀ ਆਫ ਨਾਮ ਐਂਡ ਓਨਲੀ ਦੇ ਹੈਵ ਦੀ ਅੰਡਰਸਟੈਂਡਿੰਗ ਦੈਟ ਵਾਟ ਦ ਪਾਵਰ ਆਫ ਨਾਮ ਇਜ਼। ਸੇ ਲੈਸ ਪ੍ਰੈਜ਼ੈਂਟਾ ਓਨ ਹਿਮਨੋ ਦੇ ਸਵਾਮੀ ਜੀ ਮਹਾਰਾਜ, ਐਲ ਦੀਸੇ ਜੋ ਨੋ ਪੁਏਦੋ ਡਿਸਕ੍ਰਾਈਬ ਲਾ ਗਲੋਰੀਆ ਦੇ ਨਾਮ, ਤਾਂ ਸੋਲੋ ਅਕੇਜਸ ਪਰਸੋਨਾਸ ਕੇ ਹਸਨ ਲਾ ਮੈਡੀਟੇਸ਼ਨ ਦੇ ਨਾਮ ਈ ਅਕੇਜਸ ਕੇ ਵਨ ਇੰਟਰਨਾਮੈਂਟੇ, ਤਾਂ ਸੋਲੋ ਐਜੋਸ ਪੁਏਦਨ ਸਾਵਰ ਕੁਆਲ ਇਜ਼ ਲਾ ਗਲੋਰੀਆ ਦੇ ਨਾਮ ਈ ਕੇ ਇਜ਼ ਇਲ ਨਾਮ। ਜੋ ਪਰਚੇ ਹੈ ਸ਼ਬਦ ਸੀ ਸੋ ਜਾਣੇ ਮਹਿਮਾ ਸ਼ਬਦ ਕੀ, ਛਿਨ ਛਿਨ ਰੱਖਿਆ ਹੋ ਰਹੀ ਕਿਆ ਉਪਮਾ ਕਹੂੰ ਮੈਂ
ਬਿਨ ਸ਼ਬਦ ਫਿਰੇ ਪਰਮਾਤਮੀਆਂ ਨਹਿ ਜਾਨੀ ਗਤ ਮਤ ਸ਼ਬਦ ਕੀ। ਆਪ ਕਹਿਣ ਲੱਗੇ ਕਿ ਅਸੀਂ ਉਸ ਸ਼ਬਦ ਦੀ ਨਾਮ ਦੀ ਮਹਿਮਾ ਕਰੀਏ, ਉਹ ਸਾਹ ਨਾਲ ਸਾਡੀ ਰੱਖਿਆ ਕਰਦਾ ਹੈ ਔਰ ਸਾਡੀ ਸੰਭਾਲ ਕਰਦਾ ਹੈ। ਕਹਿਣ ਲੱਗੇ ਜਿਨ੍ਹਾਂ ਨੂੰ ਸ਼ਬਦ ਨਹੀਂ ਮਿਲਿਆ ਉਹ ਭਰਮ ਵਿੱਚ ਹੈ, ਨਾਮ ਨਹੀਂ ਮਿਲਿਆ ਭਰਮ ਵਿੱਚ ਹੈ, ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਮੌਤ ਤੋਂ ਬਾਅਦ ਅਸੀਂ ਕਿੱਥੇ ਜਾਣਾ ਹੈ, ਕੀ ਸਾਡਾ ਭਵਿੱਖ ਹੋਏਗਾ, ਅਸੀਂ ਆਏ ਕਿੱਥੋਂ ਸੈਂ। ਕਿਉਂਕਿ ਇਨਸਾਨੀ ਜਾਮੇ ਦਾ ਮਕਸਦ ਤਾਂ ਇਹੀ ਹੁੰਦਾ ਹੈ ਕਿ ਅਸੀਂ ਇਸ ਜੀਵਨ ਤੋਂ ਪਹਿਲਾਂ ਕਿਸ ਜਗ੍ਹਾ ਸੀ ਔਰ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ, ਅੱਗੇ ਇਸ ਸਰੀਰ ਤੋਂ ਬਾਅਦ ਮੌਤ ਤੋਂ ਬਾਅਦ ਅਸੀਂ ਕਿੱਥੇ ਜਾਵਾਂਗੇ। ਇਸ ਪਹੇਲੀ ਨੂੰ ਅਸੀਂ ਹੱਲ ਕਰਨ ਵਾਸਤੇ ਪਰਮਾਤਮਾ ਦੀ ਦਇਆ ਦੇ ਨਾਲ ਸੰਸਾਰ ਵਿੱਚ ਆਏ ਹਾਂ। Now he says that what can I say in the glory of the Naam? Ahora él dice que puedo decir yo de la gloria del Naam. With our every single breath, that Shabad, that Naam is protecting us. Con todas y cada una de nuestras respiraciones nos está protegiendo ese Naam. Those who have not got that Shabad Naam, they are in the deep illusion. Aquellos que no han recibido ese Shabad Naam están en una ilusión profunda. They do not know that before this lifetime where they were, from which life, where they were before this lifetime and where they have to go after this life. Ellos no saben dónde estaban ellos antes de tener esta vida y tampoco saben a dónde van a ir después de la muerte. Because graciously God Almighty has given us this human birth only to solve the puzzle, only to solve this riddle, that before coming into this human birth where we were and after our death from this life where we have to go. Porque ese es el propósito que Dios Todopoderoso nos ha dado y ese es para resolver el rompecabezas o la adivinanza de dónde vinimos nosotros antes de estar aquí en este mundo y a dónde tenemos que ir después de irnos de este mundo. Unless we have the Shabad Naam, we cannot solve this puzzle. Y a menos que no tengamos el Shabad Naam, no podemos resolver este rompecabezas. Mahatma sanu dasde hai, Paramatma samundar hai, ਆਤਮਾ ਬੂੰਦ ਹੈ, ਸ਼ਬਦ ਲਹਿਰ ਹੈ, ਸਮੁੰਦਰ ਵੀ ਪਾਣੀ ਹੈ, ਬੂੰਦ ਵੀ ਪਾਣੀ ਹੈ, ਲਹਿਰ ਵੀ ਪਾਣੀ ਹੈ। ਫਰਕ ਵਿਛੋੜੇ ਦਾ ਹੁੰਦਾ ਹੈ, ਜਦ ਉਹ ਕਤਰਾ ਬਣ ਕੇ ਬਾਹਰ ਆਉਂਦਾ ਹੈ ਉਹ ਬੂੰਦ ਕਹਾਉਂਦੀ ਹੈ, ਜਦ ਲਹਿਰ ਉੱਠਦੀ ਹੈ ਲਹਿਰ ਵੀ ਪਾਣੀ ਵਿੱਚ ਹੀ ਜਾ ਕੇ ਸਮਾ ਜਾਂਦੀ ਹੈ। ਮਹਾਤਮਾ ਟੈਲ ਅਸ ਦੈਟ ਗੋਡ ਇਜ਼ ਐਨ ਓਸ਼ਨ, ਆਵਰ ਸੋਲ ਇਜ਼ ਲਾਈਕ ਅ ਡ੍ਰੌਪ ਐਂਡ ਦ ਸ਼ਬਦ ਇਜ਼ ਦ ਵੇਵ। Los Mahatmas nos dicen que Dios es un océano, nuestra alma es una gota de ese océano y el Naam es la ola de ese océano. The drop is the water, the wave of the ocean is also water and ocean itself is the water, but they are called by the different names because they are separated. El océano es agua, la gota también es agua y la ola también es agua, pero reciben nombres diferentes porque están separados el uno del otro. But when the drop of the ocean gets on the wave in the ocean and goes in the ocean, that drop also becomes the ocean. Pero cuando esa gota cae en la ola del océano y se une con el océano, se convierte en uno y se convierte en el océano. Bin shabad phire parmatmiya nah jani gat mat shabad ki ਜਿਨ ਗੁਰ ਪਾਇਆ ਸ਼ਬਦ ਕਾ ਔਰ ਪ੍ਰੀਤ ਕਰੀ ਜਿਨ ਸ਼ਬਦ ਕੀ ਬੜ ਭਾਗੀ ਵੇ ਜੀਵ ਹੈ ਜੋ ਕਰੇ ਕਮਾਈ ਸ਼
ਲੱਗੇ ਕਿੰਨਾ ਦੇ ਉੱਚੇ ਭਾਗ ਹੈ, ਕਿੰਨਾ ਤੇ ਪਰਮਾਤਮਾ ਦਿਆਲ ਹੈ, ਜਿਨ੍ਹਾਂ ਨੂੰ ਕੋਈ ਸ਼ਬਦ ਸਰੂਪੀ ਸ਼ਬਦ ਅਵਿਆਸੀ ਮਹਾਤਮਾ ਮਿਲ ਜਾਂਦਾ ਹੈ, ਉਹ ਉਦੋਂ ਵੀ ਉੱਚੇ ਭਾਗਾਂ ਵਾਲੇ ਹੈ ਜੋ ਉਹਨਾਂ ਤੋਂ ਸ਼ਬਦ ਨਾਮ ਦਾ ਭੇਦ ਲੈ ਕੇ ਦਿਨ ਰਾਤ ਆਪਣੀ ਜ਼ਿੰਦਗੀ ਨੂੰ ਪਵਿੱਤਰ ਬਣਾਉਣ ਲੱਗੇ ਹੈ, ਸ਼ਬਦ ਨਾਮ ਦੀ ਕਮਾਈ ਕਰਨ ਲੱਗੇ ਹੈ. Now he says that who are the most fortunate ones in this world upon whom God Almighty has showered all his grace. Ahora él dice quiénes son los más afortunados en este mundo, son aquellos sobre quienes Dios Todopoderoso ha derramado su gracia. Those who have met with some master who is the form of the Shabad, who is the meditator of the Shabad Nam, they are the most fortunate ones in this world and God has been very gracious on them. But more fortunate are those who receive the Nam initiation from the perfect master. Aquellos son muy afortunados quienes se encuentran con el maestro perfecto, quien es la forma del Shabbat y sobre quienes Dios Todopoderoso ha derramado su gracia, pero más afortunados aún son aquellos que han recibido la iniciación del Shabbat de ese maestro. Those who are involved in doing the devotion, the meditation of Shabbat Nam day and night, having faith in the master, are the most fortunate ones and they have a lot of grace of God Almighty upon them. Aquellos que están ocupados en la devoción del Señor, en hacer la meditación del Shabbat Nam de día y de noche, ellos son las personas más afortunadas y ellos son los que han recibido muchísima más gracia del Señor Todopoderoso. Nanak bhag pale tis jan ke jo har charni chit laavai. Nanak says that only he is the most fortunate one who puts his attention at the feet of the Lord. Nanak dice que tan solo él es el más afortunado quien coloca su atención a los pies del Señor. Bhad bhagi ve jeeve jo kare kamaye shabd ki bina shabd man vas nahi ਤੁਮ ਸੁਰਤ ਕਰੋ ਅਬ ਸ਼ਬਦ ਕੀ. ਕਿਉਂ ਸ਼ਬਦ ਨਾਮ ਦੀ ਕਮਾਈ ਕਰਨੀ ਹੈ? ਮਹਾਤਮਾ ਸਾਨੂੰ ਦੱਸਦੇ ਹੈ ਸੰਸਾਰ ਵਿੱਚ ਸਾਡਾ ਕੋਈ ਦੁਸ਼ਮਣ ਨਹੀਂ, ਸਭ ਅੰਦਰ ਇੱਕੋ ਹੀ ਪਰਮਾਤਮਾ ਹੈ, ਇੱਕੋ ਹੀ ਆਤਮਾ ਹੈ, ਸਭ ਉਸੇ ਪਰਮਾਤਮਾ ਦੇ ਬਣਾਏ ਹੋਏ ਹੈ, ਉਹੀ ਸਭ ਦੀ ਰੱਖਿਆ ਕਰ ਰਿਹਾ ਹੈ, ਲੇਕਿਨ ਸਾਡਾ ਜਾਨੀ ਦੁਸ਼ਮਣ ਸਾਡੇ ਅੰਦਰ ਹੈ, ਉਹ ਕਦੇ ਕਿਸੇ ਨੂੰ ਮਿੱਤਰ ਬਣਾਉਂਦਾ ਹੈ, ਦੁਸ਼ਮਣ ਬਣਾਉਂਦਾ ਹੈ, ਮਨ ਨੇ ਹੀ ਸਭ ਝਗੜੇ ਖੜੇ ਕੀਤੇ ਹੈ. ਮਹਾਤਮਾ ਦੱਸਦੇ ਹੈ ਕਿ ਅਸੀਂ ਸ਼ਬਦ ਨਾਮ ਦੀ ਕਮਾਈ ਇਸ ਵਾਸਤੇ ਕਰਨੀ ਹੈ ਕਿ ਸਾਡਾ ਮਨ ਜੋ ਭਟਕਦਾ ਹੈ ਵਿਸ਼ੇ ਵਿਕਾਰਾਂ ਦੇ ਜੰਗਲ ਦੇ ਅੰਦਰ, ਉਹ ਵਸ ਵਿੱਚ ਆ ਜਾਵੇ. Why do we have to do the meditation of Shabad Nam? Porque tenemos que hacer la meditación del Shabad Nam. Masters tell us that we do not have any enemy in this world because within all the human beings, within everyone, there is the soul and there is Almighty Lord and the same God Almighty has created everyone. Ellos nos, los santos nos dicen que nosotros no tenemos a ningún enemigo en este mundo porque dentro de todos nosotros está el Señor Todopoderoso y también está el alma y el Señor Todopoderoso es quien ha creado a todos los seres. Our greatest enemy is our mind and he resides within us. Sometimes he makes friends, sometimes he makes the enemies and from our within he is always creating these disturbances and he is like an enemy. Dentro de nosotros está nuestra enemiga que es la mente. Algunas veces ella hace amigos con las personas, algunas veces hace enemigos y desde adentro la mente es la que crea todos estos disturbios y todos estos problemas. And there is no way we can control this enemy, this mind, except by doing the devotion, except by doing the meditation of Shabad Nam. That is why
we have to do the meditation of Shabad now. Y no hay ninguna forma de, ninguna otra forma para controlar a esta mente que puede ser nuestra enemiga, que está dentro de nosotros. La única forma para controlarla es haciendo la meditación y la devoción del Shabad Nam. ਇਤਿਹਾਸ ਦੱਸਦਾ ਹੈ ਕਿ ਰਿਖੀਆਂ ਮੁਨੀਆਂ ਨੇ ਬੜੇ ਬੜੇ ਜਪ ਤਪ ਕੀਤੇ, ਸਾਧਨਾ ਕੀਤੀਆਂ, ਲੇਕਿਨ ਮਨ ਨੇ ਉਹਨਾਂ ਨੂੰ ਵੀ ਹੱਡੀਆਂ ਦਾ ਢੇਰ ਕਰ ਦਿੱਤਾ। ਵੇਦ ਵਿਆਸ ਜੀ ਦਾ ਇੱਕ ਸ਼ਿਸ਼ ਸੀ ਜਿਸ ਦਾ ਨਾਂ ਜੈਮਨੀ ਰਿਖੀ ਸੀ, ਜੈਮਨੀ ਮੁਨੀ ਸੀ। ਉਸਨੇ ਜੋ ਵੇਦ ਵਿਆਸ ਨੇ ਸਾਧਨਾ ਬਿਤਾਈ ਉਹ ਤਾਂ ਨਾ ਕਰੀ, ਅੱਛਾ ਪੜ੍ਹਿਆ ਲਿਖਿਆ ਸੀ। ਉਹਨੇ ਕਰਮਾਂ ਦੀ ਫਿਲਾਸਫੀ 'ਤੇ ਇੱਕ ਪੁਰਾਣ ਲਿਖਿਆ ਕਿ ਕਰਮ ਹੀ ਪ੍ਰਧਾਨ ਹਨ। ਉਹ ਪੁਸਤਕ ਵੇਦ ਵਿਆਸ ਦੇ ਅੱਗੇ ਪੇਸ਼ ਕੀਤੀ ਕਿ ਮਹਾਰਾਜ ਜੀ ਤੁਸੀਂ ਅਨੁਮਤੀ ਦਿਓ, ਬੜੀ ਅੱਛੀ ਹੈ। ਹੁਣ ਵੇਦ ਵਿਆਸ ਜੀ ਅੰਦਰ ਜਾਂਦੇ ਸੀ, ਉਹਨਾਂ ਨੂੰ ਪਤਾ ਸੀਗਾ ਕਿ ਬਾਹਰਲੀ ਜਿਤਨੀ ਵੀ ਪੜ੍ਹਾਈ ਹੈ ਅੰਦਰ ਜਾਣ ਤੋਂ ਬਗੈਰ ਇਹ ਚੁਣ ਚਰਚਾ ਹੀ ਹੈ। ਉਹ ਕਹਿਣ ਲੱਗਿਆ, ਦੇਖ ਬਈ ਪਿਆਰਿਆ, ਕਿਤਾਬ ਲਿਖਣੀ ਕੋਈ ਹੋਰ ਚੀਜ਼ ਹੈ, ਇਹ ਮਨ ਬੁੱਧੀ ਦਾ ਕੰਮ ਹੈ। ਅੰਦਰ ਜਾਣਾ ਕੋਈ ਹੋਰ ਚੀਜ਼ ਹੈ, ਮਠਿਆਈ ਦੀ ਗੱਲ ਕਰ ਲੈਣੀ ਹੋਰ ਚੀਜ਼ ਹੈ, ਮਠਿਆਈ ਨੂੰ ਖਾ ਲੈਣਾ, ਸਵਾਦ ਮਾਣ ਲੈਣਾ ਕੋਈ ਹੋਰ ਚੀਜ਼ ਹੈ। ਉਹ ਕਹਿਣ ਲੱਗਿਆ, ਨਹੀਂ ਜੀ। ਉਹ ਕਹਿੰਦੇ, ਅੱਛਾ ਕੋਈ ਵਕਤ ਆਇਆ ਦੇਖਾਂਗੇ। ਜੈਮਨੀ ਮੁਨੀ ਜੀ ਬਾਹਰ ਜੰਗਲ ਦੇ ਵਿੱਚ ਕੁਟੀਆ ਪਾ ਕੇ ਰਹਿੰਦੇ ਸੀ। ਵੇਦ ਵਿਆਸ ਨੇ ਸੋਚਿਆ ਕਿ ਇਹਦਾ ਸੁਧਾਰ ਕਰਨਾ ਜ਼ਰੂਰੀ ਹੈ, ਕਿਉਂਕਿ ਗੁਰੂ ਸੰਤ ਸੇਵਕ ਦੀ ਡੋਰੀ ਢਿੱਲੀ ਤਾਂ ਕਰ ਦਿੰਦੇ ਹੈ, ਸਾਡੇ ਸਤਿਗੁਰੂ ਮਹਾਰਾਜ ਕਿਰਪਾਲ ਕਹਿੰਦੇ ਹੁੰਦੇ ਸੀ, ਲੇਕਿਨ ਹੱਥ 'ਚੋਂ ਨਹੀਂ ਛੱਡਦੇ ਗੇ। ਆਖਰ ਇੱਕ ਔਰਤ ਦਾ ਰੂਪ ਧਾਰ ਕੇ ਬਾਹਰ ਚਲੇ ਗਏ, ਕੁਟੀਆ ਦੇ ਕੋਲ ਜਾ ਕੇ ਰੋਣ ਲੱਗ ਪਏ, ਚਲਾਉਣ ਲੱਗ ਪਏ। ਕਹਿਣ ਲੱਗੇ, ਮੈਨੂੰ ਅੱਜ ਕੋਈ ਬਚਾਵੇ। ਉਹ ਕਹਿਣ ਲੱਗਿਆ, ਤੂੰ ਕੌਣ ਹੈ? ਉਹ ਕਹਿੰਦੀ, ਮੈਂ ਸਾਥ ਨੂੰ ਵਿਛੜ ਗਈ ਹੈ। ਰਿਖੀ ਬੜੇ ਦਿਆਲੂ ਹੁੰਦੇ ਹੈ, ਤੁਸੀਂ ਮੈਨੂੰ ਅੱਜ ਦੀ ਰਾਤ ਰਹਿਣ ਦਿਓ। ਉਹ ਕਹਿਣ ਲੱਗਿਆ, ਮੈਂ ਤਾਂ ਤੈਨੂੰ ਪਾਸ ਰਹਿਣ ਨਹੀਂ ਦੇਣਾ ਗਾ। ਉਹ ਕਹਿਣ ਲੱਗੀ, ਮੈਨੂੰ ਜਿਵੇਂ ਵੀ ਤੁਸੀਂ ਰੱਖਣਾ ਹੈ ਉਸ ਤਰ੍ਹਾਂ ਰੱਖੋ। ਖੈਰ, ਉਹ ਮੁਨੀ ਕੋਲ ਇੱਕੋ ਕੁਟੀਆ ਸੀ, ਉਹਨੂੰ ਕਹਿੰਦਾ, ਅੰਦਰੋਂ ਕੁੰਡਾ ਦੇ ਲੈ, ਅਗਰ ਮੈਂ ਵੀ ਕਾਂ ਤਾਂ ਬੂਹਾ ਨਹੀਂ ਖੋਲ੍ਹਣਾ। ਜਾ ਕੇ ਬਾਹਰ ਆਪਦੀ ਸਾਧਨਾ 'ਚ ਲੱਗਿਆ। ਮਨ ਜਿਹੜਾ ਹੈ ਇਹ ਚੰਚਲ ਹੈ, ਇਹਦਾ ਸੁਭਾਅ ਹੀ ਹੈ ਭਟਕਾ ਦੇਣਾ। ਜਦ ਸਮਾਧੀ ਦੇ ਵਿੱਚ ਬੈਠਾ, ਉਹੀ ਔਰਤ ਦੀ ਸ਼ਕਲ ਅੱਗੇ, ਆਖਰ ਅੰਦਰੋਂ ਮਿੱਠੀ ਮਿੱਠੀ ਗੱਲ ਵਕੀਲ ਦੀ ਤਰ੍ਹਾਂ ਸਮਝਾਉਣ ਲੱਗ ਪਿਆ, ਕੀ ਹਰਜ ਹੈ, ਸਵਾਬਨਾ ਆਈ ਹੈ, ਆਪਾਂ ਕਿਹੜਾ ਉਹਦੇ ਨਾਲ ਕੋਈ ਬੁਰਾ ਵਿਚਾਰ ਕਰਨਾ ਹੈ, ਜਾ ਕੇ ਗੱਲਬਾਤ ਕਰਦੇ ਹਾਂ। ਇੰਨੀਆਂ ਗੱਲਾਂ 'ਚ ਅੰਦਰ ਗਰਮੀ ਪੈਦਾ ਹੋਈ, ਖਿਆਲ ਆਇਆ, ਚਲੋ ਜਾ ਕੇ ਉਹਨੂੰ ਬੂਹਾ ਖੋਲ੍ਹਣ ਵਾਸਤੇ ਕਿਹਾ। ਉਹ ਕਹਿਣ ਲੱਗੀ, ਆਪਦਾ ਹੁਕਮ ਹੈ ਕਿ ਬੂਹਾ ਨਹੀਂ ਖੋਲ੍ਹਣਾ। ਖੈਰ, ਕਾਫੀ ਕੁਛ ਕੀਤਾ, ਛੱਤ ਪਾੜੀ। ਜਦੋਂ ਥੱਲੇ ਆਇਆ, ਅੱਗੇ ਵੇਦ ਵਿਆਸ ਜੀ ਬੈਠੇ ਹੈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਉਹ ਫੋਕੀਆਂ ਵਡਿਆਈਆਂ, ਫੋਕੀਆਂ ਕਥਾ, ਫੋਕਾ ਗ੍ਰੰਥ ਲਿਖਿਆ ਸਾਬਤ ਹੋਇਆ। ਉਹ ਕਹਿਣ ਲੱਗੇ, ਕਿਉਂ ਬਈ, ਮੈਂ ਤੈਨੂੰ ਜੈਮਨੀ ਕੀ ਕਿਹਾ ਸੀਗਾ ਕਿ ਤੂੰ ਅੰਦਰ ਜਾ, ਕਮਾਈ ਕਰ। ਫਿਰ ਕੀ ਸੀਗਾ, ਸ਼ਰਮਿੰਦਾ ਹੋਇਆ। ਸੋ ਮਹਾਤਮਾ ਸਾਨੂੰ ਦੱਸਦੇ ਹੈ ਕਿ ਉਹ ਵੱਡੇ ਭਾਗਾਂ ਵਾਲੇ ਜੀਵ ਹੈ ਜਿਨ੍ਹਾਂ ਨੂੰ ਨਾਮ ਮਿਲ ਜਾਂਦਾ ਹੈ, ਔਰ ਨਾਮ ਦੀ ਕਮਾਈ ਕਰਕੇ ਅੰਦਰ ਜਾ ਕੇ ਨਾਮ ਨਾਲ ਜੁੜ ਜਾਂਦੇ ਹੈ। ਹਿਸਟਰੀ ਟੈਲਸ ਅਸ ਦੈਟ ਮੈਨੀ ਰਿਸ਼ੀਜ਼ ਐਂਡ ਮੁਨੀਸ, ਮੈਨੀ ਗ੍ਰੇਟ ਰਿਸ਼ੀਜ਼ ਐਂਡ ਮੁਨੀਸ ਪਰਫਾਰਮਡ ਮੈਨੀ ਰਾਈਟਸ ਐਂਡ ਰਿਚੁਅਲਸ ਐਂਡ ਆਸਟਰਿਟੀਜ਼, ਦੇ ਡਿਡ ਅ ਲੋਟ ਆਫ ਜਪਾਸ
repetition and they did a lot of practices, but still they were not able to control their mind because they did not have the initiation into Shabad Nam. La historia nos cuenta que hubo muchos rishis y munis y ellos realizaron muchos ritos y rituales, japas y tapas, todo tipo de ritos y rituales, pero sin embargo ellos no pudieron controlar su mente, no pudieron tener éxito en ello porque ellos no habían recibido o no habían hecho la devoción del Nam. Even though they wrote many books for the guidance of the other people, but still, since they could not control their mind made them a handful of the ashes and mind made them fall down. Aun cuando ellos escribieron muchos libros para guiar a las personas, pero sin embargo ellos no controlaron a su mente hizo de ellos como una manotada de cenizas y ella fue quien las controló y ellos no la pudieron controlar a ella. Jaimini Muni was a disciple of Ved Vyas and he did not obey the commandments of his masters. He did not do what Ved Vyas told him to do about the meditation. Instead, he wrote a book on the philosophy of karma and he brought that book to Ved Vyas, his master, and told him that, "Master, I have written this book on the philosophy of karma, which shows that karmas are the only thing which matter." En una ocasión había un iniciado de Ved Vyas cuyo nombre era Jaimini Muni y él no hacía lo que Ved Vyas le había pedido que hiciera, no seguía sus enseñanzas ni sus mandamientos. Él, en cambio, escribió un libro acerca de la filosofía de los karmas. Y entonces, cuando hubo terminado este libro, él se lo llevó a su maestro Ved Vyas y le dijo que he escrito este libro sobre la filosofía de los karmas y esta filosofía es, digamos, lo único que rige nuestra vida. Ved Vyas told him that no, it is not that only the karma makes the difference or only the karma which matters. You have to do the devotion, you have to go inside, you have to go within yourself and see what is the reality there. So even though Ved Vyas told him many times to do the devotion and obey his commandments, but still he did not do that. He always kept doing the things outwardly. Ved Vyas even told him that doing all these outward things is not more than a gossip and it is not going to help you, because when you will have to face the mind, then he will easily defeat you, because if you have not gone in the within, you do not know what are the things in the within, and you do not know that how you can fight with your mind. Él había dicho que los karmas eran lo único que importaban y que la importancia, digamos, yacía en los karmas. Pero sin embargo, Ved Vyas le dijo que no, que los karmas no eran, digamos, lo más importante o que la filosofía de los karmas no era lo más importante, sino que él debía hacer la meditación del Shabad Nam. Él debía ir internamente y ver las cosas por sí mismo. Pero sin embargo, él seguía haciendo las cosas externas y no iba hacia adentro. Él inclusive, Ved Vyas inclusive le dijo que si él hacía todas las cosas externas y el escribir de los libros, eso era como una charlatanería o era tan solo digamos, hablar de las cosas externamente, que cuando él tuviera que enfrentar a la mente, entonces él se daría cuenta que no podría tener éxito porque no había hecho la meditación del Nam y no había ido internamente. Jaimini Muni did not accept what his master told him. He insisted on getting the recognition for the work he had done. So Ved Vyas said, "Okay, when the time will come, then you will know
that whether it is the karma which matters or whether it is the meditation and controlling the mind which matters. Sin embargo, Jemini Muni, él no quería prestarle atención a lo que le decía su maestro Vedvyas, sino que él quería recibir, digamos, el honor por el trabajo que había hecho. De esa manera, entonces Vedvyas le dijo que muy bien, cuando llegue el momento oportuno, o cuando llegue el momento, nosotros llegaremos a saber qué era lo que importaba, si importaba los karmas, o si lo que importaba era la meditación de el Nam y el ir internamente. Jemini Muni used to live in a small hut, in a wilderness. So Vedvyas once changed his form, he disguised himself as a woman, and he went near the hut of Jemini Muni, where Jemini Muni was sitting in his devotion, in his practices. And Vedvyas, who was in, was disguised in the form of a woman, he started crying, and she started asking for the help. Jemini Muni vivía en una choza en el bosque, y en una ocasión Vedvyas cambió su forma y tomó la forma de una mujer y se fue allá a la choza de Jemini Muni. Cuando ella llegó allá, empezó a llorar y empezó a pedirle ayuda. Jemini Muni en ese momento él estaba sentado haciendo su meditación. So when Jemini Muni heard the voice of a woman, he woke up, he got up from his practices, and he said that he asked that woman that who she was and what she wanted. So Vedvyas said that he had lost his companions, and that woman said that she has lost her companion, and she wanted Jemini Muni to help her to spend that night. Jemini Muni estaba haciendo sus prácticas, pero cuando oyó los llantos de la mujer, él se levantó y él le preguntó qué era lo que le pasaba. Esa mujer le dijo que ella se le habían perdido sus compañeras y ella necesitaba la ayuda de él y si ella podía pasar la noche allí. Jemini Muni did not agree to keep that woman that night in his hut. So he said that no, I cannot do that, I will not do that. So that woman said that I have heard that rishis are very gracious and you should do whatever you want, in whatever form you would want me to be in your place. I'm ready to do that, but please protect me. Jemini Muni no estaba dispuesto a tener a esa mujer allá en su choza ni a dejarle pasar la noche allí, pero ella le dijo que ella había oído que los rishis eran muy benévolos y que de cualquier forma que él la quisiera tener ahí en la casa esa noche, ella estaría dispuesta a pasar la noche así. So when she insisted very much, Jemini Muni told her that, okay, you can go and rest in my hut, but lock the door from inside and don't open it. Even if I tell you to open the door, you should not open it. Ella le insistió tanto que al fin Jemini Muni aceptó y le dijo muy bien, puedes entrar a la choza y cierra la puerta con llave. No debes abrir la puerta ni siquiera si yo te digo que la abras. So after that, when Jemini Muni again sat in his practices, he started thinking about that woman, because mind is very swift. It's very swift like a horse. So he started thinking about the thoughts. He started having thoughts of that woman. And after some time, his mind convinced him to get up and go to that woman and talk. He said, like a very competent lawyer, he started giving him sweet advices. Well, what is wrong in going and talking to that woman? You are not going to do anything bad. You can go and talk to her. Él, Jemini Muni, después entonces se sentó para hacer sus prácticas, pero allí empezó a ver la faz de esa mujer y empezó a pensar acerca de ella. Y la mente es muy veloz o puede hacer las cosas con mucha suavidad.
Y ella empezó a hablarle a él como un buen abogado, diciéndole cosas muy dulces, y le dijo que qué hay de malo en ir a hablar con ella, no vas a hacer ninguna cosa mala, ¿por qué no vas y hablas con ella? So he went up to the hut and he told that woman to open the door, but she replied that it is your order that I should not open the door, even if you ask for it, so I will not open the door. Él entonces se dirigió a la choza y tocó a la puerta y le dijo a la mujer que abriera la puerta, pero ella le dijo, han sido tus órdenes el de no abrir la puerta, así que yo no la voy a abrir. Now because the mind of Jamini Muni was giving him a very hard time and he wanted to go and talk to that woman or be with her, so he tried many other ways of getting into the hut, and finally he broke into that hut by tearing the roof of that hut apart. And when he went there in the hut, he saw that Ved Vyas was sitting there. Pero debido a que su mente le estaba causando muchos problemas y él estaba diciendo que fuera a hablar con ella y que estuviera con ella, entonces él trató muchas cosas para entrar a la choza. Al fin, él lo que hizo fue que sacó parte del techo y se metió por el techo a la choza, y una vez que hubo entrado a la choza, vio que Ved Vyas estaba sentado allí. So when he saw Ved Vyas sitting there instead of that woman, he became very embarrassed and he asked for the forgiveness. Ved Vyas forgave him because Ved Vyas didn't want him to fall. That is why he had created that play. Una vez que él vio que Ved Vyas estaba sentado allí, él se sintió muy avergonzado y le pidió perdón a Ved Vyas. Ved Vyas lo perdonó, y él había hecho eso simplemente porque él no quería que Jamini Muni cayera. Then Jamini Muni realized that unless one goes in the within and does the devotion of Shabad Nam, he cannot control the mind. And así Jamini Muni se dio cuenta que a menos que uno no vaya internamente y no haga las prácticas y no haga la meditación del Shabad Nam, uno no puede controlar a la mente. Bina shabde man bas nahi, tum surat karo ab shabd ki, ve kyun aaye sa jagat mein, jin mili na punji shabd ki. ਜਿਸ ਤਰ੍ਹਾਂ ਪਸ਼ੂ ਪੰਛੀ ਆਪਣਾ ਪੇਟ ਭਰ ਕੇ ਚਲੇ ਜਾਂਦੇ ਹੈ, ਇਸੇ ਤਰ੍ਹਾਂ ਇਨਸਾਨ ਚਲੇ ਜਾਂਦੇ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਉਹ ਕਿਉਂ ਸੰਸਾਰ ਵਿੱਚ ਪੈਦਾ ਹੋਏ? ਜਿਨ੍ਹਾਂ ਦੀ ਕਿਸਮਤ ਦੇ ਅੰਦਰ ਪਰਮਾਤਮਾ ਨੇ ਨਾਮ ਦੀ ਪੂੰਜੀ, ਸ਼ਬਦ ਦੀ ਪੂੰਜੀ ਨਹੀਂ ਲਿਖੀ। ਐਜ਼ ਦਾ ਬਰਡਸ ਐਂਡ ਐਨੀਮਲਸ ਈਟ ਐਂਡ ਲੀਵ ਦਿਸ ਵਰਲਡ, ਇਨ ਦਾ ਸੇਮ ਵੇ ਦੋਸ ਪੀਪਲ ਆਲਸੋ ਈਟ ਇਨ ਦਿਸ ਵਰਲਡ ਐਂਡ ਲੀਵ ਦਿਸ ਵਰਲਡ, ਹੂ ਡੂ ਨਾਟ ਗੈਟ ਦੀ ਸ਼ਬਦ ਨਾਮ ਐਂਡ ਹੂ ਡੂ ਨਾਟ ਡੂ ਦਾ ਮੈਡੀਟੇਸ਼ਨ ਆਫ ਸ਼ਬਦ ਨਾਮ। ਸੋ ਸਵਾਮੀ ਜੀ ਮਹਾਰਾਜ ਹਰ ਸੇਜ਼ that those who did not get the wealth of the Shabad Nam, why did they even get the birth in this world? Así como las aves y las demás criaturas toman su alimento aquí en este mundo y después se van o se mueren, de la misma manera aquellas personas que no han recibido o que no hacen la meditación del Shabad Nam, ellos también toman el alimento aquí en este mundo y después ellos se van. Por eso Swamiji Maharaj dice que por qué vinieron aquellas personas a este mundo quienes no recibieron la meditación del Shabad Nam. वे क्यों आए इस जगत में, जिन मिली न पूंजी शब्द की, तुन कट में हर दम हो रहे, क्यों सुने न बानी शब्द की। आप कहने लगे हर दम ਇਨਸਾਨ ਨੂੰ ਉਹ ਪਰਮਾਤਮਾ ਦੀ ਆਵਾਜ਼ ਆਪਣੀ ਤਰਫ ਬੁਲਾ ਰਹੀ ਹੈ, ਲੇਕਿਨ ਅਸੀਂ ਕੀ ਹੈ? ਕੰਨਾਂ ਤੋਂ ਬੋਲੇ ਹੈ, ਅੱਖਾਂ ਤੋਂ ਅੰਨੇ ਹੈ,
ਗੁਰੂ ਅੰਗਦ ਦੇਵ ਨੇ ਕਿਹਾ, ਮਾਇਆ ਧਾਰੀਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁ ਰੌਲ ਕੁਚੋਲਾ। ਅੰਨੇ ਕਿਉਂ ਹੈ? ਕਿ ਉਹ ਪ੍ਰਕਾਸ਼ ਪਰਮਾਤਮਾ ਨੇ ਸਾਡੇ ਅੰਦਰ ਰੱਖਿਆ ਹੈ। ਬੋਲੇ ਇਉਂ ਹੈ ਕਿ ਉਹ ਪਰਮਾਤਮਾ ਦੀ ਆਵਾਜ਼ ਨੂੰ ਅਸੀਂ ਸੁਣ ਨਹੀਂ ਰਹੇ ਹੁੰਦੇ। Now he says that all the times that voice of God is calling us towards him, but we are the deaf ones, we are the blind ones, and that is why we are not hearing the voice of God, we are not seeing the light of God. Ahora él dice que la voz de Dios nos está llamando todo el tiempo hacia, para que vayamos a donde él, pero nosotros somos los ciegos y los sordos. Somos sordos porque no podemos oír la voz de Dios y somos ciegos porque no podemos ver su luz. Guru Angad Dev Ji Maharaj also says that those who are attached to the Maya, they are the deaf and the blind ones. El Guru Angad Dev dice que aquellas personas que están apegados a Maya, ellos son los sordos y los ciegos. They do not hear anything, they do not see anything, even though everything is within them. Ellos no ni ven nada ni escuchan nada, aun cuando todo está dentro de ellos. Why are we called the blind ones and the deaf ones? We are called the blind and deaf because even though the light of God and the sound of God is present within us, but still we are not able to listen to that sound and not able to hear, see that light. That is why masters call us the blind and deaf. ¿Por qué somos llamados los ciegos y los sordos? Somos llamados así porque no podemos ver la luz que está dentro de nosotros y tampoco podemos escuchar aquel sonido que está presente dentro de nosotros, y esa es la razón por la cual los maestros dicen que nosotros somos ciegos y sordos. ਧੁਨ ਘਟ ਮੀ ਹਰ ਦਮ ਹੋ ਰਹੀ, ਕਿਉਂ ਸੁਣੇ ਨ ਬਾਣੀ ਸ਼ਬਦ ਕੀ। ਤੂੰ ਬੈਠ ਅਕੇਲਾ ਧਿਆਨ ਭਰ, ਤੋ ਮਿਲੇ ਨਿਸ਼ਾਨੀ ਸ਼ਬਦ ਕੀ। ਤਜ ਆਲਸ ਨਿੰਦਰਾ ਕਹਲੇ, ਤੂੰ ਲਗਨ ਲਗਾਲੇ ਸ਼ਬਦ ਕੀ। ਪਾਂਚ ਸ਼ਬਦ ਘਟ ਮੀ ਬਜੀ, ਇਹ ਨਿਰਣੇ ਕਰ ਲੇ ਸ਼ਬਦ ਕੀ। ਗੁਰੂ ਗਿਆਨ ਬਤਾਇਆ ਸ਼ਬਦ ਕਾ, ਤੂੰ ਜਾ ਧਿਆਨੀ ਸ਼ਬਦ ਕੀ। ਮੈਂ ਸ਼ਬਦ ਸ਼ਬਦ ਬਹੁਤਕ ਕਹਾ, ਕੋਈ ਨ ਮਾਨੇ ਸ਼ਬਦ ਕੀ। ਜਨਮ ਪਦਾਰਥ ਜਨਮ ਅਕਾਰਥ ਖੋਦਿਆ, ਜੋ ਚੜੇ ਨ ਕਾਟੀ ਸ਼ਬਦ ਕੀ। ਰਾਧਾ ਸੁਆਮੀ ਕਹਿ ਕਹਿ ਚੁੱਪ ਹੋਏ, ਬਿਨ ਭਾਗ ਨ ਤਾਰਾ ਸ਼ਬਦ ਕੀ। ਸਵਾਮੀ ਜੀ ਮਹਾਰਾਜ ਨੇ ਛੋਟੇ ਜਿਹੇ ਸ਼ਬਦ ਦੇ ਅੰਦਰ ਸੰਤ ਮਤ ਗੁਰਮਤ ਨੂੰ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਹੈ। ਕਹਿਣ ਲੱਗੇ, ਜਦ ਨਾਮ ਮਿਲ ਜਾਵੇ ਸਾਨੂੰ ਆਲ ਛੱਡ ਦੇਣਾ ਚਾਹੀਦਾ ਹੈ। ਮਨ ਸਾਡੇ ਅੰਦਰ ਕਾਹਲੀ ਪੈਦਾ ਕਰਦਾ ਹੈ ਕਿ ਤੂੰ ਅਜੇ ਕੁਛ ਦੇਖਿਆ ਹੀ ਨਹੀਂ ਗਾ। ਕਹਿਣ ਲੱਗੇ, ਆਲਸ ਛੱਡੋ, ਕਾਹਲ ਛੱਡੋ, ਔਰ ਇਮਾਨਦਾਰੀ ਨਾਲ ਪਿਆਰ ਨਾਲ ਸੱਚੇ ਦਿਲੋਂ ਸ਼ਬਦ ਨਾਮ ਦੀ ਕਮਾਈ ਕਰੋ। ਆਪ ਕਹਿਣ ਲੱਗੇ ਕਿ
ਤੁਹਾਡੇ ਅੰਦਰ ਉਹ ਸ਼ਬਦ ਪ੍ਰਗਟ ਹੋ ਜਾਏਗਾ, ਤੁਹਾਨੂੰ ਸਮਝ ਆ ਜਾਏਗੀ ਕਿ ਸਾਡਾ ਕਿਹੜਾ ਰਸਤਾ ਸਹੀ ਹੈ, ਕਿਵੇਂ ਕਿਸ ਤਰ੍ਹਾਂ ਅਸੀਂ ਬਾਕੀ ਦੀ ਜਿਹੜੀ ਜ਼ਿੰਦਗੀ ਸੀ ਉਹ ਅਸੀਂ ਕਿਸੇ ਲੇਖੇ ਨਹੀਂ ਲਾਏਗੀ। ਗੁਰੂ ਨਾਨਕ ਕਹਿੰਦੇ ਹੈ, ਲੇਖੇ ਮੇਂ ਸੋਈ ਘੜੀ ਬਾਕੀ ਕੇ ਦਿਨ ਬਾਅਦ, ਕਹਿਣ ਲੱਗੇ ਲੇਖੇ ਵਿੱਚ ਉਹੀ ਘੜੀ ਲੱਗਦੀ ਹੈ ਜਦ ਸਾਨੂੰ ਸ਼ਬਦ ਨਾਮ ਦਾ ਭੇਦ ਮਿਲ ਜਾਂਦਾ ਹੈ, ਬਾਕੀ ਜ਼ਿੰਦਗੀ ਕਿਸੇ ਲੇਖੇ 'ਚ ਨਹੀਂ ਹੁੰਦੀ। ਇਨ ਦਿਸ ਬਰੀਫ ਹਿਮ ਸਵਾਮੀ ਜੀ ਮਹਾਰਾਜ ਲਵਿੰਗਲੀ ਐਕਸਪਲੇਨਡ ਦੀ ਪਾਥ ਆਫ ਦ ਮਾਸਟਰਸ, ਦ ਪਾਥ ਆਫ ਦ ਗੁਰੂਸ ਟੂ ਅਸ। ਹੀ ਟੋਲਡ ਅਸ ਦੈਟ ਵੈਨ ਵੀ ਕਮ ਟੂ ਦ ਮਾਸਟਰ ਗੈਟ ਦ ਨਾਮੀਨੇਸ਼ਨ ਫਰੋਮ ਹਿਮ, ਆਫਟਰ ਦੈਟ ਵੀ ਸ਼ੁੱਡ ਗਿਵ ਅਪ ਦ ਲੇਜ਼ੀਨੈਸ ਐਂਡ ਵੀ ਸ਼ੁੱਡ ਆਲਸੋ ਗਿਵ ਅਪ ਦਿਸ ਫੀਲਿੰਗ ਆਫ ਮੇਕਿੰਗ ਹਰੀ, ਬਿਕੋਜ਼ ਇਟ ਇਜ਼ ਦ ਕੁਆਲਿਟੀ ਆਫ ਦ ਮਾਇੰਡ ਦੈਟ ਵੈਨ ਵੀ ਡੂ ਦ ਮੈਡੀਟੇਸ਼ਨ ਆਫਟਰ ਅ ਵਾਇਲ ਹੀ ਟੈਲਸ ਅਸ ਦੈਟ ਯੂ ਹੈਵ ਬੀਨ ਮੈਡੀਟੇਟਿੰਗ ਫੋਰ ਸੱਚ ਅ ਲੋਂਗ ਟਾਈਮ ਬਟ ਸਟਿਲ ਯੂ ਹੈਵ ਨੋਟ ਗੋਟ ਐਨੀਥਿੰਗ ਟੂ ਸੀ। So he said that you give up the laziness, you give up this feeling of hurry, and honestly and sincerely you do the devotion of Shabad Naam. En este breve himno, Swamiji Maharaj muy amorosamente nos habló acerca del sendero de los maestros, y él nos dice que después de recibir la iniciación en el Shabad Naam, debemos hacer esa meditación y debemos nosotros abandonar la pereza y también debemos abandonar ese sentimiento de prisa, porque es la cualidad de la mente que después de que hemos hecho la meditación durante muy poco tiempo, ella, la mente nos dice, has estado meditando durante tanto tiempo pero no has visto nada. De esa manera nosotros debemos abandonar la pereza, también debemos abandonar este sentimiento de prisa, debemos hacer la meditación con sinceridad y con honestidad. So when you will meditate honestly, that Shabad will get manifested within you, and then you will realize that whatever time you lived without doing the devotion of Shabad Naam, that was all useless, that was all a waste. Así que debemos hacer la meditación del Shabad Naam con sinceridad y con honestidad. Cuando hagamos la meditación así, nos daremos cuenta que todo el tiempo que pasamos anteriormente o antes de recibir la iniciación en el Naam, todo ese tiempo fue malgastado. Guru Nanak Sahib also says that the time which we have spent doing the devotion of Shabad Naam is the only time which is accepted in the court of Lord, which is written in the account of our devotion. All the other time which we have lived without doing the devotion of Shabad Naam is all a useless time, is all a waste. El Guru Nanak Sahib dice que todo, que únicamente aquel tiempo que hemos pasado haciendo la meditación del Shabad Naam o que hemos empleado en hacer la meditación del Shabad Naam, únicamente ese tiempo es contado y únicamente ese tiempo es anotado en la corte del Señor. El resto del tiempo que pasamos sin la meditación del Shabad Naam, todo ese tiempo fue malgastado y fue inútil. ਦੇਖ ਲੈ ਜੇ ਜਾ ਰਹੇ ਨੇ ਤਾਂ
ਤੋਂ ਜ਼ਿਆਦਾ ਪੌਣੀ ਸੰਗਤ ਹੈ ਬਾਹਰ।